पंजाब सरकार करोड़ रुपए खर्च करके आम जनता की सुविधा के लिए पंजाब के हर शहर गांव में सुविधा सेंटर स्थापित करके लोगों को राहत दे रही है, पर वहीं कुछ सरकारी अधिकारी सरकार द्वारा दी जा रही सुविधा को असुविधा बनाने में देर नहीं करते। जी हां, हम बात कर रहे हैं कोटपुरा में बने सुविधा सेंटर की, जहां पर अनुसूचित जाति व गरीब परिवारों के बनने वाले सर्टिफिकेट में लगने वाले दस्तावेजों को कुछ अधिकारी उलझा रहे हैं। लोगों का कहना है कि जब वे सुविधा सेंटर में अपने जाति के सर्टिफिकेट बनाने आते हैं तो अधिकारी उन्हें और अन्य दस्तावेजों की बात बताकर टालमटोल कर देते हैं, और तो और वे लोग फाइलों पर नंबर लगा के पैसे की डिमांड भी करते हैं। जब इसके बारे में कोटपुरा के SDM हरजीत सिंह संधू से बात की तो उन्होंने कहा कि मामले की पूरी जांच करेंगे और जो भी दोषी होगा उस पर विभागीय कार्रवाई अवश्य होगी। जी जाति सर्टिफिकेट कटवाना जी, मैंने 3 महीने हो गए भगाई करदियां नूं। मैंने उन्होंने सीधा उन्होंने कह दिया भी मैं साढ़े को नहीं बनते जी, जिते तुम सर्टिफिकेट करनी कर सकते हो। एक एक सर्टिफिकेट का 1000-1000 रुपया मंगते जी मेरे को। ਤੁਹਾਨੂੰ ਜਿਹੜੇ ਲੜਕੀਆਂ ਦਾ ਕੋਈ ਮਸਲਾ ਸਾਹਮਣੇ ਕੀ ਮਸਲਾ ਸੀ ਜੀ ਉਹ ਜੀ ਇਹਨਾਂ ਨੇ ਅੰਦਰੋਂ ਸਿੱਧੇ ਬਣਾ ਦੇ ਸੀਗੇ ਕੋਈ ਲੈਣਾ ਦੇਣ ਕੋਈ ਦਿੱਤਾ ਨਹੀਂ ਸਿੱਧੇ ਉਹਨਾਂ ਦੇ ਆਪ ਹੀ ਮੋਹਰਾਂ ਲਾ ਕੇ ਆਪ ਹੀ ਬਣਾ ਕੇ ਤੋਰਤੇ ਜੀ ਸਾਡੀ ਭਗਾਈ
ਐ ਕਰਾਉਣੇ ਜੋ ਕਰਾਉਣੇ ਗਰੀਬ ਨੂੰ ਕੋਈ ਪੁੱਛਦਾ ਨਹੀਂ ਜਿਹੜਾ ਮੰਤਰੀ ਫੋਨ ਲਾਉਂਦਾ ਉਹਨਾਂ ਪਹਿਲਾਂ ਪਹਿਲਾਂ ਫੜ ਲੈਂਦੇ ਆ ਸਾਨੂੰ ਫਿਰ ਬਾਅਦ ਚ ਮੋੜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਉਂਦਿਆਂ ਨੂੰ ਸਾਨੂੰ 8 ਦਿਨ ਹੋ ਗਏ ਆਉਂਦਿਆਂ ਨੂੰ ਕੀ ਕਹਿੰਦੇ ਹਰ ਰੋਜ਼ ਨੂੰ ਆਉਂਦਿਆਂ ਨੂੰ ਹਰ ਰੋਜ਼ ਅੱਜ ਕਰਦੇ ਸਵੇਰ ਕਰਦੇ ਜੋ ਮੰਤਰੀ ਦਾ ਫੋਨ ਆਉਂਦਾ ਉਹ ਫਾਇਰ ਫੜਦਾ ਸਾਨੂੰ ਕਹਿੰਦੇ ਮੁੜ ਜਾਓ ਫਿਰ ਕਿਰਾਇਆ ਤਾਂ ਡੇਢ ਤਾਂ ਵਾਂ ਜਾਂ 50 ਰੁਪਏ ਦਿੰਦੇ ਜੱਟ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਹਿੰਦੇ ਕੰਮ ਹੋਣਾ ਚਾਹੀਦਾ ਸਰਕਾਰ ਤਾਂ ਕਹਿੰਦੇ ਆਹ ਕਰਤਾ ਕਾ ਮੋਦੀਆਂ ਮਹਿੰਗਾਈ ਘਟਾਤੇ ਸਾਨੂੰ ਦਾਜ ਲੱਗਦੇ ਹੋ ਤੂੰ ਜਿਹੜੇ ਉੱਥੇ ਬੈਠੇ ਆ ਉਹ ਤੁਹਾਨੂੰ ਕੀ ਵਾਰੀ ਵਾਰੀ ਕੀ ਕਹਿ ਰਹੇ ਕੀ ਉਹਨਾਂ ਦੇ ਬਲੇਪ ਕੀ ਤੁਹਾਡੇ ਨਾਲ ਵੇ ਮਲੇਵੇਂ ਇਹ ਹੈ ਵੀ ਸਵੇਰੇ ਜੋ ਪਰਸੋਂ ਸਵੇਰੇ ਵਾਰ ਪਾ ਪੈਸੇ ਤੇ ਕੰਮ ਕਰਦੇ ਨਾ ਪੈਸੇ ਦੇ ਕੰਮ ਹੀ ਨਹੀਂ ਕਰਦੇ ਉਹਨਾਂ ਨਾਲ ਬੋਲਣ ਦਾ ਵਤੀਰਾ ਕੀ ਹੈ ਤੁਹਾਡੇ ਨਾਲ ਬੋਲਣ ਦਾ ਵਤੀਰਾ ਉਹਨਾਂ ਨਾਲ ਕਿਵੇਂ ਤੁਹਾਡੇ ਨਾਲ ਬੋਲਣ ਦੀ ਰਾਹ ਹੈ ਵੀ ਜੇ ਸਵੇਰੇ ਆ ਜਾਓ ਕੋਈ ਨਹੀਂ ਆ ਲੀਡਰ ਆ ਕੇ ਲਿਟਸਾ ਫੋਨ ਆ ਕੰਮ ਕਰਦੇ ਬਸ ਉਹ ਤਾਂ ਕੰਮ ਕਰਦੇ ਨਹੀਂ ਇਹਦੇ ਦਾ ਬਾਈ ਅਸੀਂ ਫਾਈਲਾਂ ਜਮ੍ਹਾਂ ਕਰਾਉਣ ਹੁੰਨੇ ਆ ਫਾਈਲਾਂ ਦੇ ਨੰਬਰ ਨਹੀਂ ਲਾਉਂਦੇ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦੇ 8 ਦਿਨ ਹੋ ਗਏ ਵੀਰੇ ਤੁਸੀਂ ਹੁਣ ਜਿਹੜੀ ਜਾਕਾਂ ਨੂੰ ਨਾਲ ਲੈ ਕੇ ਆਏ ਜੀ ਹਾਂ ਬੱਚੀਆਂ ਮੇਰੀਆਂ ਦੋ ਗੁੱਡੀਆਂ ਨਾਲ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਨੂੰ ਜੀ ਇੱਥੇ ਸਾਨੂੰ ਹੋ ਗਿਆ 7 ਵਜੇ ਦੇ ਆਏ ਵੇ ਅਸੀਂ ਅੱਜ ਵੀ ਹਰ ਰੋਜ਼ ਤੁਸੀਂ ਆ ਜਾਂਦੇ ਥੋੜਾ ਜਿਹੜਾ ਨੰਬਰ ਆ ਜਾਂ ਫਾਈਲ ਜਮਾ ਨਹੀਂ ਹੋ ਰਹੀ ਨਹੀਂ ਲੱਕ ਕਰਦੇ ਨਹੀਂ ਜਮਾ ਨਹੀਂ ਕਰਦੇ ਨੰਬਰ ਹੀ ਨਹੀਂ ਪਾਉਂਦੇਗੇ ਪਛਾਣ ਧੱਕੇ ਦੇ ਕੇ ਮੋੜ ਦਿੰਦੇ ਆ ਤੰਗਾਂ ਤਾਂ ਗੁੱਡੀਆਂ ਦੀਆਂ ਫਾਈਲਾਂ ਜਮਾ ਹੋਣੀਆਂ ਚਾਹੀਦੀਆਂ ਕੰਮ ਹੋਣਾ ਚਾਹੀਦੀਆਂ ਬਸ ਆਹੀ ਕੰਮ ਆ ਸਾਡਾ ਜ਼ਰੂਰੀ ਹੋਰ ਕੀ ਹੈ।